ਬਾਈ ਦੀ ਲੁੱਕ ਪੂਰੀ ਅੱਜ ਡੈਸ਼ਿੰਗ ਲੱਗਦੀ ਪਈ ਆ। ਲੋ ਬਾਈ ਤਿਆਰੀ ਹੋ ਗਈ ਬੋਲਣਾ ਸੁਣਨਾ ਆ ਗਿਆ। ਸਾਨੂੰ ਡਰ ਆ ਕਿਤੇ ਇਹ ਅਰਜਨ ਹੋਣੀ ਸਾਡੇ ਤੋਂ ਕੱਪੜੇ ਹੀ ਨਾ ਮੰਗ ਲੈਣ। ਬਾਈ ਮੁੰਡਿਓ ਕਹਿੰਦੇ ਸਟੰਟ ਹੋਣ ਜਾ ਰਿਹਾ ਆਪਣੇ ਰੇਟਰ ਦਾ। ਉਹ ਅਰਜੰਟ ਲੋਏ ਕਿੱਧਰ ਚੜਿਆ ਫਿਰਦਾ ਤਾਂ ਚੜਾਦਾ ਪੱਟੂ ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ। ਤੇ ਸਵੇਰ ਦੇ ਵੱਜ ਚੁੱਕੇ ਆ ਤਿੰਨ ਵੱਜ ਗਏ ਆ ਤੇ ਮੇਰੇ ਹਿਸਾਬ ਨਾਲ ਤਿੰਨ ਨੀ ਜ਼ਿਆਦਾ ਟਾਈਮ ਹੋ ਗਿਆ ਹੋਣਾ। ਆ 3:36 ਹੋ ਗਏ ਆ ਤੇ ਆਪਣਾ ਅੱਜ ਹੈਗਾ ਆ ਸ਼ੂਟ ਅਰਜਨ ਢਿੱਲੋਂ ਬਾਈ ਨਾਲ ਗਾਣੇ ਦਾ ਤੇ ਤਾਂ ਕਰਕੇ ਨਹੀਂ ਤਾਂ ਮੈਂ ਤਾਂ ਇੰਨਾ ਰੈਡੀ ਹੁੰਦਾ ਹੀ ਨਹੀਂ ਤਾਂ ਕਰਕੇ ਆਪਾਂ ਰੈਡੀ ਹੋਏ ਸੀਗੇ। ਤੇ ਬਾਕੀ ਉੱਥੇ ਆਪਾਂ ਟਰੈਕਟਰ ਦੇ ਕਰਾਉਣੇ ਆ ਸਟੰਟ ਤੇ ਉੱਥੇ ਹੋਰ ਵੀ ਆਉਣਗੇ ਇੱਕ ਦੋ ਆਪਣੇ ਵੀਰ ਸਟੰਟਾਂ ਵਾਲੇ ਤੇ ਪੂਰਾ ਵਲੋਗ ਦੇਖਿਓ ਮਜ਼ਾ ਆਉਣ ਵਾਲਾ ਹੈਗਾ। ਤੇ ਆਈ ਥਿੰਕ ਇਹ ਵਲੋਗ ਮੈਂ ਉਦੋਂ ਅਪਲੋਡ ਕਰੂੰਗਾ ਜਦੋਂ ਬਾਈ ਦਾ ਗਾਣਾ ਆ ਚੁੱਕਿਆ ਹੋਊਗਾ ਤੇ ਉਦੋਂ ਹੀ ਤੁਸੀਂ ਦੇਖ ਰਹੇ ਹੋਵੋਗੇ। ਤੇ ਅੱਜ ਆਪਾਂ ਚੱਲੇ ਹਾਂ ਹਜੇ ਆਪਣਾ ਕੋਈ ਪਤਾ ਨਹੀਂ ਸੈਂਡ ਉੱਥੇ ਜਾ ਕੇ ਡਰੈਸ ਕੋਡ ਕੁਛ ਹੋਰ ਹੋਵੇ ਸਿੰਪਲ ਕੱਪੜੇ ਪਾ ਲਈਏ ਤੇ ਇੱਕ ਵਾਰੀ ਆਪਾਂ ਬੰਨ ਠਣ ਕੇ ਚੱਲੇ ਹਾਂ। ਤੇ ਬਾਕੀ ਟਰੈਕਟਰ ਭਜਾਵਾਂਗੇ ਚੁਕਾਵਾਂਗੇ ਵਧੀਆ ਵਧੀਆ ਸਟੰਟ ਕਰਾਂਗੇ ਕਿਉਂਕਿ ਉੱਥੇ ਤਾਂ ਆਪਾਂ ਨੋਰਮਲ ਸਟੰਟ ਕਰਨੇ ਆ ਜਿਵੇਂ ਘਰੇ ਆਪਾਂ ਡਿਫਰੈਂਟ ਟਾਈਪ ਦੇ ਸਟੰਟ ਟਰਾਈ ਕਰੀਦੇ ਆ ਤੇ ਉੱਥੇ ਆਪਾਂ ਜਮਾਂ ਸਿੰਪਲ ਸੁਪਰ ਸਟੰਟ ਟਰਾਈ ਕਰਨੇ ਆ। ਤੇ ਬਾਕੀ ਆਪਣੇ ਲੱਕੀ ਭਰਾ ਆਉਣੀ ਹੁਣ ਆਪਾਂ ਲੱਕੀ ਕੋਲ ਚੱਲੇ ਹਾਂ ਇੱਕ ਵਾਰੀ ਉੱਥੋਂ ਉਹਨੂੰ ਪਿੱਕ ਕਰਕੇ ਫਿਰ ਨਾਲ ਆਪਣੇ ਹੋ ਜਾਊਗਾ ਤੇ ਮੈਂ ਆਖਾਂ ਆਪਣੇ ਵੀਰ ਭਰਾ ਹੁਣ ਦੱਸ ਦਈਏ ਤੇ ਓਕੇ ਬਾਏ। ਕਹਿੰਦੇ ਮੁੰਡਿਆਂ ਬੂਟ ਬਾਲ ਪਾਠ ਕਰਨ ਤੇ ਹੋਏ ਨੇ ਤੇ ਧਰਨ ਪਾਊ ਪਕੌੜੇ ਫਿਰ ਜਾਂਦੇ ਹਾਂ ਭੁੱਖ ਲੱਗੀ ਮੈਂ ਤਾਂ ਸੁੱਤਾ ਹੀ ਨਹੀਂ ਇਹ ਸੌਂ ਗਏ ਸੀ ਕਿਉਂਕਿ ਮੇਰਾ ਤਾਂ ਟਾਈਮ ਆ ਸਵੇਰੇ ਸੌਣ ਦਾ 4-5 ਵਜੇ ਦਾ। ਲਓ ਵੀ ਮਿੱਤਰੋ ਟਰੈਕਟਰ ਕਰ ਦਈਏ ਆਪਾਂ ਸਟਾਰਟ ਤੇ ਗੇਅਰ ਕੱਢਣ ਵਾਲਾ ਮਿੱਤਰੋ ਆਪਾਂ ਪੂਰੇ 45 ਮਿੰਟਾਂ ਟਰੈਕਟਰ ਲਾ ਦਾ ਲੱਕੀ ਦੇ ਘਰੇ ਅੱਗੇ ਅੱਧਾ ਘੰਟਾ ਲੱਗਣਾ ਆਪਾਂ ਨੂੰ ਸ਼ੂਟ ਤੀਕਰ ਜਾਣ ਲੱਗਿਆ ਅਤੇ ਟਾਈਮ ਹੋ ਗਿਆ ਹੋਣਾ 5:00 ਆ 5 ਵੱਜ ਗਏ ਹੋਣੇ ਆ ਅਤੇ ਬਾਕੀ ਲੱਕੀ ਨੂੰ ਮਿਲਦੇ ਹੀ ਆ ਗਏ ਬਾਹਰ ਆ ਜੀ ਅਜੇ ਉੱਠੇ ਨਹੀਂ ਚੰਗੀ ਤਰ੍ਹਾਂ ਜੱਟੋ ਆਪਣੀ ਹੋ ਗਈ ਆ ਉੱਥੇ ਗੱਲ ਮੈਨੇਜ ਨਾਲ ਮੈਨੇਜਮੈਂਟ ਨਾਲ ਬਾਈ ਦੀ ਅਤੇ ਉਹ ਆਉਂਦੇ ਸ਼ੋਟ ਰੈਡੀ ਕਰਤਾ ਆ 6 ਵਜੇ ਦਾ ਸ਼ੋਟ ਆ ਛੇਤੀ ਆ ਜਾਓ ਆਪਾਂ ਵੈਸੇ ਲੇਟ ਹੋ ਗਏ ਸੀ ਬਾਈ ਕੋਲ ਬਾਕੀ ਤਿਆਰ ਹੋ ਗਿਆ ਉਹ ਆਉਂਦਾ ਹੁਣ ਤੇ ਆਪਣੀ ਬਾਈ ਦੀ ਲੁੱਕ ਪੂਰੀ ਅੱਜ ਡੈਸ਼ਿੰਗ ਲੱਗਦੀ ਪਈ ਆ। ਲੋ ਬਾਈ ਤਿਆਰੀ ਹੋ ਗਈ ਬੋਲਣਾ ਸੁਣਨਾ ਆ ਗਿਆ। ਸਾਨੂੰ ਡਰ ਆ ਕਿਤੇ ਇਹ ਅਰਜਨ ਹੋਣੀ ਸਾਡੇ ਤੋਂ ਕੱਪੜੇ ਹੀ ਨਾ ਮੰਗ ਲੈਣ ਫਿਰ ਕੰਮ ਔਖਾ ਹੋ ਜਾਣਾ। ਆ ਕੋਈ ਨੀ ਦੇ ਦਾਂਗੇ ਚਲੋ। ਆਪਾਂ ਪਹੁੰਚ ਗਏ ਹਾਂ ਸ਼ੂਟ ਤੇ ਜਿੱਥੇ ਸ਼ੂਟ ਆ ਉਹ ਖੜਾ ਆਪਣਾ ਛੋਟਾ
ਤੇ ਬਾਕੀ ਹੁਣ ਇੱਕ ਵਾਰੀ ਸ਼ਾਰਟ ਸੈੱਟ ਹੋਣ ਤੋਂ ਬਾਅਦ ਹੁਣ ਚੁਕਾ ਕੇ ਵੇਹਣੇ ਆ, ਸੈਟਿੰਗ ਕਰਦੇ ਆ ਪੈੜੀ ਦੇ ਹਿਸਾਬ ਨਾਲ। ਲਓ ਜੱਟੋ ਸ਼ਾਰਟ ਸ਼ੂਟ ਰੈਡੀ ਹੋ ਗਿਆ ਬਸ। ਉਹ ਬਾਈ ਮੁੰਡਿਓ ਕਹਿੰਦੇ ਸਟੰਟ ਹੋਣ ਜਾ ਰਿਹਾ ਆਪਣੇ ਟ੍ਰੈਕਟਰ ਦਾ। ਉਹ ਅਰਜੰਟ ਲੋਏ ਕਿੱਧਰ ਚੜਿਆ ਫਿਰਦਾ ਤਾਂ ਚੜਾਦਾ ਪੱਟੂ। ਚਲੋ ਬਈ ਮੁੰਡੇ ਚੱਲੀ ਜਾਂਦੀ ਸ਼ੂਟਿੰਗ। ਹੁਣ ਚੇਂਜ ਕਰ ਲਓ ਬਾਈ ਡਰੈਸ ਚੇਂਜ ਮਾਰੇ ਕੁੜਤਾ ਪਜਾਮਾ ਮਾੜਾ ਲੈ ਪੜਨਾ ਪੜਦਾ ਬਾਈ ਵੈਨਟੀ ਚ ਪੈ ਜਾਓ ਫਿਲਹਾਲ ਚੱਲਦੇ ਕੋਈ ਨਹੀਂ ਚਲੋ ਉੱਥੇ ਬਹਿ ਜੰਨੇ ਵੈਨਟੀ ਹੈ ਨਹੀਂ ਯਾਰ ਬਾਹਰ ਦਾ ਮੌਸਮ ਬਾਹਰ ਕਿਵੇਂ ਹਰਿਆਲੀ ਬ్రో ਜਹਾਜ ਉੜਦਾ ਹੁੰਦਾ ਨਾ ਉਦੋਂ ਟ੍ਰੈਕਟਰ ਚਕਾਇਆ ਕਰ, ਤੂੰ ਪਹਿਲਾਂ ਹੀ ਚਕਾ ਦਿੰਦਾ। ਰਮਾਲ ਕਿੰਦੇ ਕੋਲੇ ਯਾਰ ਤੇਰੇ ਕੋਲੇ ਅਰਜਨ ਢਿੱਲੋਂ ਅੱਜ ਆਇਆ ਮਾੜਾ ਐਕਸ਼ਨ ਮਾਰੀ ਅਰਜਨ ਢਿੱਲੋਂ ਦਾ ਇਹ ਅੱਖਾਂ ਜੀ ਵਾਲਾ ਵੀ ਇਹ ਰਮਾਲ ਦੇ ਯਾਰ ਮੇਰਾ ਤੇਲ ਪਾ ਲਈਏ ਬਾਈ ਆਪਾਂ ਟ੍ਰੈਕਟਰ 'ਤੇ। ਤੇਲ ਅੱਧੀ ਟੈਂਕੀ ਫੁਕੋਤੀ ਬਾਈ ਇਹਨੇ ਅੱਧੇ ਘੰਟੇ 'ਚ, ਪਤਾ ਨਹੀਂ ਕਿਹੜਾ ਗੇਅਰ ਲਾ ਕੇ ਛੱਡਦਾ ਪੱਟੂ ਬਸ ਸਿਰਾ ਹੀ ਹੈ। ਸ਼ਾਮ ਨੂੰ ਮੰਗੇਗਾ ਬੀਮ ਮੂੰਹ ਵੇਖ ਲਾਲ ਹੋਇਆ ਪਿਆ ਏ, ਕਵੇਂ ਪ੍ਰੀ ਵਰਕਆਊਟ ਨਹੀਂ ਪੀਤਾ ਹੁੰਦਾ ਉਦੋਂ ਲਾਲ ਹੋ ਗਿਆ। ਲੋ ਵੀ ਮਿੱਤਰੋ ਆਪਾਂ ਆ ਗਏ ਸੀ ਘਰੇ, ਘਰੇ ਆਉਂਦੇ ਦਾ ਵਲੋਗ ਨਹੀਂ ਬਣਾਇਆ, ਲਾਸਟ ਵੀਡੀਓ ਸੀ ਅਤੇ ਸ਼ੂਟ ਆਪਣਾ ਵਧੀਆ ਹੋ ਗਿਆ ਅਤੇ ਗਾਣਾ ਹਜੇ ਆਇਆ ਨਹੀਂ। ਜਿੱਦਣ ਆ ਗਿਆ ਮੈਂ ਤੁਹਾਨੂੰ ਲਿੰਕ ਵੀ ਸ਼ੇਅਰ ਕਰੂੰਗਾ, ਬਾਕੀ ਵੇਖਣਾ ਪੈਣਾ ਕਿਵੇਂ ਦੇ ਸਟੰਟ ਹੋਏ ਆ ਅਤੇ ਮਿਲਦੇ ਹਾਂ ਨਵੇਂ ਵਲੋਗ ਦੇ ਵਿੱਚ।